ਕੌਣ ਆ ਕਿਸੇ ਨੇ ਇਹ ਗੱਲ ਕਹੀ ਸੀਗੀ ਦੇ ਸੈਡ ਟੂ ਮੀ ਯੂ ਸ਼ੁਡਨਟ ਆਸਕ ਕੁਐਸਚਨਸ ਯੂ ਸ਼ੁਡਨਟ ਆਸਕ ਕੁਐਸਚਨਸ ਯੂ ਨੋ ਅੱਜ ਕੱਲ੍ਹ ਨਾ ਜਦੋਂ ਬੱਚਾ ਸਵਾਲ ਪੁੱਛਦਾ ਜੇ ਕਿਸੇ ਕੋਲ ਜਵਾਬ ਨਾ ਹੋਵੇ ਹੈ ਨਾ ਦੱਸਾਂ ਕੀ ਕਹਿੰਦੇ ਨੇ ਬਾਬਾ ਜੀ ਨੂੰ ਇੱਦਾਂ ਨਾ ਪੁੱਛੋ ਸਵਾਲ ਨਾ ਕਰੋ ਬਾਬਾ ਜੀ ਨੂੰ ਸਾਡੇ ਬਾਬਾ ਜੀ ਨੇ ਬਾਬਾ ਜੀ ਨੂੰ ਸਵਾਲ ਨਾ ਕਰੋ ਜਿਹੜਾ ਸਵਾਲ ਕਰੇਗਾ ਇਹਦਾ ਮਤਲਬ ਸ਼ਰਧਾ ਨਹੀਂ ਹੈ ਇਫ ਯੂ ਕੁਐਸਚਨ ਸਮਬਡੀ ਦੇ ਸੇ ਦੈਟ ਯੂ ਡੋਂਟ ਹੈਵ ਫੇਥ ਬਟ ਗੈਸ ਵਾਟ ਯੋਰ ਗੁਰੂ ਟੀਚਸ ਯੂ ਟੂ ਕੁਐਸਚਨ ਇਨ ਲਾਈਫ ਯੂ ਨੋ ਵੈਨ ਯੂ ਆਰ ਐਟ ਸਕੂਲ ਐਂਡ ਯੂ ਡੋਂਟ ਅੰਡਰਸਟੈਂਡ ਸਮਥਿੰਗ ਡੂ ਯੂ ਜਸਟ ਸਿਟ ਦੇਅਰ ਲੈਟ ਦ ਟੀਚਰ ਕੈਰੀ ਔਨ ਸੇਇੰਗ ਵਾਟ ਦੇ ਆਰ ਸੇਇੰਗ ਨੋ ਯੂ ਡੋਂਟ ਯੂ ਕੁਐਸਚਨ ਇਟ ਡੋਂਟ ਯੂ ਹੁਣ ਭੈਣੋ ਸਮਝ ਨਹੀਂ ਆਈ ਟੀਚਰ ਕੀ ਕਹਿ ਰਹੀ ਆ ਆਪਾਂ ਉੱਥੇ ਬੈਠੇ ਰਹੀਏ ਨਾ ਟੀਚਰ ਨੂੰ ਨਹੀਂ ਆਪਾਂ ਕੁਐਸਚਨ ਕਰਨਾ ਕਿਉਂਕਿ ਸਾਡੀ ਸ਼ਰਧਾ ਜੋ ਟੀਚਰ ਨੇ ਕਹਿਤਾ ਬਸ ਠੀਕ ਆ ਭਮਾ ਸਮਝ ਆਈ ਆ ਭਮਾ ਨਾ ਆਈ ਕੋਈ ਨਾ ਭਮਾ ਫੇਲ ਹੋ ਜਾਈ ਐਗਜ਼ਾਮ ਕੁਐਸਚਨ ਨਾ ਕਰੀ ਇਸ ਟ੍ਰੂ ਇਜ਼ਨਟ ਇਟ ਦਿਸ ਇਜ਼ ਵੇਅਰ ਆਵਰ ਮੈਂਟੈਲਿਟੀ ਇਜ਼ ਐਂਡ ਯੂ ਨੋ ਵਾਈ ਪੀਪਲ ਸੇ ਡੋਨਟ ਕੁਐਸਚਨ ਕਿਉਂਕਿ ਅੱਜ ਕੱਲ੍ਹ ਇੱਦਾਂ ਦੇ ਪਖੰਡੀ ਬਾਬੇ ਨੇ ਜਿਹੜੇ ਗੱਲ ਕਹਿਤੀ ਕਹਿਤੀ ਕੋਈ ਨਾ ਪਰ ਜਦੋਂ ਆਪਾਂ ਸਵਾਲ ਕਰਦੇ ਹਾਂ ਕਿ ਬਾਬਾ ਜੀ ਇੱਦਾਂ ਕਿਉਂ ਉਹਨਾਂ ਨੇ ਅੱਗਿਓਂ ਚੇਲੇ ਹੀ ਹੁੰਦੇ ਨੇ ਕਹਿਣ ਵਾਲੇ ਇੱਦਾਂ ਨਾ ਬਾਬਾ ਜੀ ਨੂੰ ਕੁਐਸਚਨ ਕਰ ਜਿਹੜੇ ਕੁਐਸਚਨ ਕਰਦੇ ਨੇ ਉਹਨਾਂ ਨੂੰ ਕੋਈ ਕਿਰਪਾ ਨਹੀਂ ਹੁੰਦੀ ਭਰੋਸਾ ਰੱਖੋ ਬਾਬਾ ਜੀ ਨੇ ਜੋ ਕਹਿਤਾ ਭਰੋਸਾ ਰੱਖੋ ਯਾਰ ਇੱਥੇ ਤੱਕ ਸਾਡੀ ਗੱਲ ਲੈ ਗਏ ਇੱਥੇ ਤੱਕ ਐਂਡ ਯੂ ਨੋ ਵਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੁਐਸਚਨ ਕਰਨਾ ਸਿਖਾ ਲਿਆ ਕਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਜਨੌਂ ਨਹੀਂ ਪਾਉਣ ਲੱਗੇ ਸੀਗੇ ਗੁਰੂ ਨਾਨਕ ਪਾਤਸ਼ਾਹ ਦੇ ਜਨੌਂ ਦ ਜਨੌਂ ਇਜ਼ ਦਾ ਸੈਕਰਡ ਥਰੈਡ ਵੈਨ ਦੇ ਵਰ ਅਬਾਊਟ ਟੂ ਪਲੇਸ ਇਟ ਔਨ ਗੁਰੂ ਨਾਨਕ ਦੇਵ ਜੀ ਦੇ ਸੈਡ ਦੈਟਸ ਮਾਈ ਸਿਸਟਰ ਆਈ ਵਾਂਟ ਮਾਈ ਸਿਸਟਰ ਟੂ ਵੇਅਰ ਇਟ ਟੂ ਦੇ ਕੁਐਸਚਨਡ ਇਟ ਡਿਡਨਟ ਦੇ ਦੇ ਸੈਡ ਆਈ ਵਾਂਟ ਮਾਈ ਮਦਰ ਟੂ ਵੇਅਰ ਦੈਟ ਜਨੌਂ ਟੂ ਐਂਡ ਦੇ ਸੈਡ ਅ ਵੁਮਨ ਕਾਂਟ ਵੇਅਰ ਦਿਸ ਸੈਕਰਡ ਥਰੈਡ ਐਂਡ ਯੂ ਨੋ ਵਾਟ ਗੁਰੂ ਨਾਨਕ ਦੇਵ ਜੀ ਸੈਡ ਇਫ ਅ ਵੁਮਨ ਕਾਂਟ ਵੇਅਰ ਇਟ ਇਫ ਮਾਈ ਮਮ ਐਂਡ ਸਿਸਟਰ ਕਾਂਟ ਵੇਅਰ ਇਟ ਦੈਨ ਆਈ ਐਮ ਨਾਟ ਗੋਨਾ ਵੇਅਰ ਇਟ ਈਦਰ ਦੇ ਕੁਐਸਚਨਡ ਇਟ ਜਦੋਂ ਪਾਣੀ ਸੂਰਜ ਵੱਲ ਪਾ ਰਹੇ ਸੀਗੇ ਕਿ ਦਾਦਿਆਂ ਪਰਦਾਦਿਆਂ ਤੱਕ ਜਾਏਗਾ ਹਨਾ ਪਾਣੀ ਦਿਸ ਵਾਟਰ ਵਿਲ ਗੋ ਟੂ ਯੋਰ ਐਨਸੈਸਟਰਸ ਗੁਰੂ ਨਾਨਕ ਦੇਵ ਜੀ ਟਰਨਸ ਅਰਾਊਂਡ ਐਂਡ ਸਟਾਰਟਸ ਪੁਟਿੰਗ ਦ ਵਾਟਰ ਟੁਵਰਡਸ ਹਿਸ ਕ੍ਰੌਪਸ ਆਪਣੇ ਖੇਤਾਂ ਵੱਲ ਗੁਰੂ ਨਾਨਕ ਪਾਤਸ਼ਾਹ ਪਾਣੀ ਪਾ ਲੱਗੇ ਦੀ ਕੁਐਸਚਨ ਡੇ ਐਂਡ ਜਿਹੜੇ ਉਸ ਵੇਲੇ ਸੀਗੇ ਕਹਿਣ ਲੱਗੇ ਪਾਂਡੇ ਕਹਿਣ ਲੱਗੇ ਆਹ ਕੀ ਤੁਸੀਂ ਕਰ ਰਹੇ ਆ ਸਾਡੇ ਸਿੱਖਾਂ ਵਿੱਚ ਵੀ ਪਖੰਡੀ ਪਾਂਡੇ ਭਾਵ ਬਾਬੇ ਆ ਗਏ ਨੇ ਸਾਰੇ ਧਰਮਾਂ ਵਿੱਚ ਹੁੰਦੇ ਨੇ ਮਾੜੇ ਚੰਗੇ ਸਾਰੇ ਧਰਮਾਂ 'ਚ ਨੇ ਇਹ ਨਹੀਂ ਕਿ ਸਾਰੇ ਮਾੜੇ ਨੇ ਪਰ ਸਾਡੇ ਸਿੱਖਾਂ ਵਿੱਚ ਵੀ ਇਹ ਪਾਂਡੇ ਪਖੰਡੀ ਬਾਬੇ ਆ ਗਏ ਜਿਹੜੇ ਕਹਿ ਰਹੇ ਆ ਕੁਐਸਚਨ ਨਹੀਂ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਸੀ ਇਹ ਪਾਂਡੇ ਉਹ ਤੁਸੀਂ ਕਹਿ ਰਹੇ ਆ ਪਾਣੀ ਜਾਊਗਾ ਦਾਦੇ ਪਰਦਾਦਿਆਂ ਤੱਕ ਮੈਨੂੰ ਹੱਸ ਰਹੇ ਆ ਕਿ ਪਾਣੀ ਖੇਤਾਂ ਵੱਲ ਪਾ ਰਹੇ ਆ ਯੂ ਲਾਫਿੰਗ ਐਟ ਮੀ ਬਿਕਾਜ਼ ਆਈ ਐਮ ਸੈਂਡਿੰਗ ਦਿਸ ਵਾਟਰ ਟੁਵਰਡਸ ਮਾਈ ਕ੍ਰੌਪਸ ਬਟ ਯੂ ਆਰ ਸੇਇੰਗ ਬਾਈ ਸੈਂਡਿੰਗ ਦਿਸ ਵਾਟਰ ਟੁਵਰਡਸ ਦ ਸਨ ਇਟ ਵਿਲ ਗੋ ਟੂ ਦ ਐਨਸੈਸਟਰਸ ਟੈਲ ਮੀ ਇਜ਼ ਮਾਈ ਕ੍ਰੌਪਸ ਕਲੋਸਰ ਔਰ ਇਜ਼ ਦ ਸਨ ਕਲੋਸਰ ਸੂਰਜ ਕੋਲ ਲੱਗ ਗਏ ਆ ਕਿ ਮੇਰੇ ਖੇਤ ਲੱਗ ਗਏ ਆ ਉਸ ਵੇਲੇ ਪਾਂਡੇ ਵੀ ਸੋਚ ਲੱਗ ਗਏ ਯਾਰ ਸਹੀ ਗੱਲ ਆ ਖੇਤ ਲੱਗ ਗਏ ਨੇ ਸੂਰਜ ਨਾਲੋਂ ਦ ਕ੍ਰੌਪਸ ਆਰ ਕਲੋਸਰ ਦੈਨ ਦ ਸਨ ਐਂਡ ਦੈਟਸ ਵੈਨ ਗੁਰੂ ਨਾਨਕ ਦੇਵ ਜੀ ਟੋਲਡ ਦੈਮ ਕਿ ਨੋ ਕੁਐਸਚਨ ਐਵਰੀਥਿੰਗ ਵੈਨ ਯੂ ਆਰ ਟੋਲਡ ਇਫ ਸਮਬਡੀ ਟੈਲਸ ਯੂ ਟੂ ਰੀਡ ਗੁਰਬਾਣੀ ਕੁਐਸਚਨ ਇਟ Don't just say, okay, they've told me and I'm going to do it. No, when you question it, what will happen? You'll get a better understanding. If somebody tells you to grow your hair, question it. And you'll get a better understanding. And I tell you one thing, when you question it and do it, your mind will be so developed. If somebody tells you to cut your hair, you will turn around and say, why don't you keep your hair? I don't cut my hair for this reason. Why do you cut your hair? Flip the question when you understand it. Because when you don't, you're just going to be walking around like everybody else. You're going to be following like the sheep. ਜਿਵੇਂ ਭੇਡ ਨਹੀਂ ਬੱਕਰੀ ਇੱਦਾਂ ਹੀ ਤੁਰੀ ਫਿਰਦੀ ਇੱਦਾਂ ਆਪਾਂ ਵੀ ਬੱਕਰੀਆਂ ਬਣ ਗਏ ਹਾਂ ਜੋ ਕਿਸੇ ਨੇ ਕਹਿਤਾ ਕਰ ਲਿਆ ਕਿਸੇ ਨੇ ਕਹਿਤਾ ਕਰ ਲਿਆ ਪਰ ਗੁਰੂ ਜੀ ਕਹਿ ਰਹੇ ਨੇ ਬਾਈ ਕੁਐਸਚਨਿੰਗ ਯੋਰ ਮਾਈਂਡ ਵਿਲ ਡਿਵੈਲਪ ਐਂਡ ਦ ਡੇ ਯੋਰ ਮਾਈਂਡ ਡਿਵੈਲਪਸ ਫਿਰ ਕੀ ਹੋਏਗਾ ਫਿਰ ਅੰਦਰੋਂ ਡਿਵੈਲਪਮੈਂਟ ਹੋਈ ਵਿਗਾਸ ਹੋ ਗਿਆ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਸਿੱਖਿਆ ਦੇ ਨਾਲ ਵਿਗਾਸ ਹੋ ਗਿਆ